ਦੀ ਮੈਂ ਗੱਲ ਕਰਦਾ ਵਾਂ, ਇਹਨੇ ਇੱਥੇ ਆਉਣਾ, ਇਹਨੇ ਓਨੀ ਦੇਰ ਤੀਕਰ ਥੱਲੇ ਨਹੀਂ ਉਤਰਨਾ ਦਾਣਾ ਖਾਣ, ਟੀ ਦੇਖਣੀ ਇਹਨੇ ਉੱਡ ਜਾਣਾ ਉਸ ਬੱਚੇ ਨੇ, ਬਹੁਤ ਹੀ ਜ਼ਹਿਰੀਲਾ ਬੱਚਾ ਯਾਰ। ਆਹ ਪੱਠੀ ਆ ਪਤਾ ਨਹੀਂ ਫੜੀ ਹੋਈ ਆ, ਨੰਬਰ ਪਾਇਆ ਦੇਖ ਜ਼ਰਾ। ਦੋ ਡੈਡੀ ਮਾਦੀ ਵਾਹ ਉਸਤਾਦਾ, ਦੇਖੋ ਪੰਜਾਂ ਦਾ ਸ਼ੋਕ ਕਰੋ, ਛੱਡ ਕੇ ਆਰਾਮ ਨਾਲ ਇੱਥੇ ਦਿਖਾ। ਅਸਲਾਮ ਵਾਲੇਕੁਮ, ਕੀ ਹਾਲ ਹੈ ਦੋਸਤੋ ਵੀਵਰ, ਠੀਕ ਹੋ? ਮੈਂ ਸ਼ਨੀ ਤੁਹਾਡਾ ਦੋਸਤ ਰਾਮ ਫੈਸਲਾਬਾਦ ਜੀ। ਬਾਈ ਉੱਪਰ ਆਇਆ ਹੋਇਆ, ਇੱਕ ਨੀਵੀਂ ਦੀ ਕਬੂਤਰੀ ਫੜੀ ਆ, ਉਹਦਾ ਤੁਹਾਨੂੰ ਸ਼ੋਅ ਕਰਵਾਉਂਦੇ ਹਾਂ, ਅਤੇ ਬਾਕੀ ਤਿੰਨ ਕਬੂਤਰ ਬੈਠੇ ਹੋਏ ਆ। ਆਹ ਜਿਹੜਾ ਕਬੂਤਰ ਆ, ਇਹ ਬਾਹਰ ਦਾ ਉੱਪਰਾ, ਬੱਚੇ ਨੂੰ 8-10 ਦਿਨ ਹੋ ਗਏ, ਬੱਚਾ ਵਾਰਾ ਹੋਇਆ ਸੀ, ਕਿਸੇ ਦਾ ਉੱਤੇ ਬੈਠਾ ਰਹਿੰਦਾ ਵਾ, ਥੱਲੋਂ ਛੋਟੀ ਵੀ ਨਹੀਂ ਹਿਲਾਉਣ ਦਿੰਦਾ। ਹੁਣ ਦੇਖੀ ਮੁੰਡਾ ਉੱਪਰ ਚੜਾਇਆ ਵਾ, ਇਹਨੇ ਛੋਟੀ ਹਿਲਾਉਣੀ, ਇਹਨੇ ਡਰ ਕੇ ਉੱਡ ਜਾਣਾ। ਉਹਨੂੰ ਮੈਂ ਕਿਹਾ ਸੀ ਕਬੂਤਰ ਫੜਿਆ, ਉਹਦਾ ਸ਼ੋਅ ਕਰਵਾਉਣਾ ਵਾ, ਉਹ ਫੜ ਕੇ ਲਿਆ, ਇਹਨੂੰ ਕੱਢ ਲਈ ਥੱਲੋਂ, ਥੱਲੇ ਨੂੰ ਕੱਢ ਕੇ। ਅਤੇ ਇੱਕ ਆਹ ਉੱਪਰ ਇੱਕ ਲੂੰਡਾ ਬੈਠਾ ਹੋਇਆ, ਅਤੇ ਇੱਕ ਉਹ ਕਾਲੀ ਕੰਨੀ ਲਾ, ਦੇਖਣਾ ਪਹਿਲੀ ਉੱਡ ਗਿਆ, ਉਹ ਵੀ ਨਾਲ ਹੀ ਉੱਡ ਗਿਆ, ਠੀਕ ਹੋ ਗਿਆ। ਉਹ ਦੇਖੋ ਦੋਵੇਂ ਉੱਡ ਗਏ, ਇਹ ਕਿਸੇ ਦੇ ਉੱਪਰ ਹੀ ਆ, ਦੇਖੋ ਉਹ ਮੁੰਡਾ ਫੜਦਾ ਵਾ। ਉਹ ਇੱਕ ਹੋਰ ਬੈਠਾ ਸੀ, ਉਹ ਵੀ ਉੱਡ ਗਿਆ, ਤਿੰਨ ਬੈਠੇ ਹੋਏ ਸੀਗੇ। ਫੜ ਲਾ, ਫੜ ਲੈ ਇੱਦਾਂ ਉੱਪਰੋਂ, ਆਹ ਕਬੂਤਰ ਅੱਜ ਫੜਿਆ ਸੀ, ਤੁਹਾਨੂੰ ਸ਼ੋਅ ਕਰਵਾਉਂਦੇ ਹਾਂ। ਕੈਸਾ ਜੈਸਾ ਨਹੀਂ, ਇੱਕ ਜਗ੍ਹਾ ਦੇ ਦਲ ਇੱਥੋਂ ਛਪਕੇ ਤੋਂ ਲਾਉਣਾ, ਹੈਦਾ ਪਾਲਾ ਛਪਕਾ, ਪਿੱਛੇ ਨੂੰ ਕਰ ਲੈ ਛਪਕੇ ਨੂੰ, ਹੈਦਾ ਫੜ ਲਾ, ਫੜ ਲਾ ਲਓ ਨਾ ਜੀ। ਬਾਕੀ ਉੱਡ ਗਏ ਆ, ਤੁਹਾਨੂੰ ਇਹਨਾਂ ਵਿਊ ਕਰਵਾਉਂਦੇ ਹਾਂ, ਜਿਹੜਾ ਫੜ ਕੇ ਲਿਆਉਂਦੇ ਤੁਹਾਨੂੰ ਕਬੂਤਰੀ ਛਤਰੀ ਵਾਲੀ ਫੜੀ ਆ, ਵੀ ਤੁਹਾਨੂੰ ਸ਼ੋਅ ਕਰਵਾਉਂਦੇ ਹਾਂ। ਦੇਖਦੇ ਹਾਂ ਕਿੱਧਰ ਗਏ ਕਿੱਧਰ ਨਹੀਂ, ਲੰਬੇ ਟੁਰ ਗਏ ਕਿਤੇ, ਠੀਕ ਹੋ ਗਿਆ ਜੀ। ਕਿੱਧਰ ਗਏ, ਨਾਮ ਨਿਸ਼ਾਨ ਹੀ ਨਹੀਂ ਹੁਣ ਹੈਗਾ। ਆਹ ਦੇਖ ਆਹ ਬੱਚਾ ਉੱਡ ਕੇ ਆਹ ਚਲੇ ਗਿਆ, ਲੁੰਡਾ ਆਹ ਡਾਰੀਆਂ ਮਾਰ ਸਕਦੀ, ਇਹਨਾਂ ਬੈਠੇ ਸੀ। ਮੈਨੂੰ ਨਹੀਂ ਪਤਾ ਪਿੰਡ ਦੇ, ਮੈਨੂੰ ਲੱਗਦਾ ਪਿੰਡ ਦੇ ਨਹੀਂ, ਬਾਹਰ ਦੇ ਹੀ ਆ ਫਿਲਹਾਲ, ਆਹ ਤਾਂ ਪਿੰਡ ਦੇ ਲੱਗਦਾ, ਇਹ ਆਰੀਅਨ ਸਾਹਿਬ ਦਾ ਲੱਗਦਾ। ਇਹਨੇ ਫੜਿਆ ਸੀਗਾ ਜਾਲ 'ਤੇ ਬੈਠਾ, ਆਹ ਬਹਿਣ ਡਿਆ, ਇਹ ਉਹ ਉੱਪਰ ਇੱਕ ਬੈਠਾ ਆ ਗਿਆ, ਲੋ ਜੀ ਉੱਥੇ ਉੱਤਰ ਗਿਆ, ਉਹਨਾਂ ਦਾ ਹੀ ਸੀਗਾ ਇਹ। ਉਹਦੀ ਮੈਂ ਗੱਲ ਕਰਦਾ ਵਾਂ, ਇਹਨੇ ਇੱਥੇ ਆਉਣਾ, ਇਹਨੇ ਓਨੀ ਦੇਰ ਤੀਕਰ ਥੱਲੇ ਨਹੀਂ ਉਤਰਨਾ ਦਾਣਾ ਖਾਣ, ਹਾਲਾਂਕਿ ਮੈਂ ਦਾਣਾ ਰੱਖ ਦਿੰਦਾ ਵਾਂ ਇੱਥੋਂ। ਇਹਨੇ ਸੋਟੀ ਦੇਖਣੀ, ਇਹਨੇ ਉੱਡ ਜਾਣਾ ਉਸ ਬੱਚੇ ਨੇ, ਬਹੁਤ ਹੀ ਜ਼ਹਿਰੀਲਾ ਬੱਚਾ ਯਾਰ, ਕਮਾਲ ਦੀ ਚੀਜ਼ ਹੀ ਆ। ਅਤੇ ਆਹ ਕਮਾ ਪੱਠੀ ਆ ਪਤਾ ਨਹੀਂ ਫੜੀ ਹੋਈ ਆ, ਤੁਹਾਨੂੰ ਸ਼ੋਅ ਕਰਾਂ, ਨੰਬਰ ਪਾਇਆ ਦੇਖਾਂ ਜ਼ਰਾ। ਦੋ ਨੰਬਰ ਪਾਏ ਆ, 44 ਨੰਬਰ ਆ, ਦਹੀਂ ਜ਼ਰਾ 26 ਨੰਬਰ ਆ, ਇੱਧਰ ਸ਼ੋਅ ਕਰਾ ਇਹਦਾ, ਮੈਂ ਸ਼ੋਅ ਕਰਾ ਦੀ ਦੋਸਤਾਂ ਨੂੰ। ਇਹ ਟੈਡੀ ਮਾਦੀ ਵਾਹ ਉਸਤਾਦਾ, ਟੈਡੀ ਉਸਤਾਦੀ ਕਬੂਤਰੀ, ਲਓ ਜੀ ਉੱਤੇ ਸੁਬਾਹ ਦੀ ਸਿੱਟੀ ਆ, ਹੁਣ ਉੱਤੋਂ ਲਾਈ ਆ ਥੱਲੇ, ਹੁਣ ਤੁਹਾਨੂੰ ਸ਼ੋਅ ਕਰਵਾਉਣ ਲੱਗੇ ਮਾਦੀ, ਤਾਂ ਉਸ ਤੋਂ ਬਾਅਦ ਛਤਰੀ ਵਾਲੀ ਦਾ ਸ਼ੋਅ ਕਰਾਉਂਦੇ ਹਾਂ। ਆਹ ਦੇਖੋ ਜ਼ਰਾ, ਆਹ ਲਾ ਯਾਰ ਜ਼ਬਰਦਸਤ, ਇੱਧਰ ਵੀਰੇ ਸਰ ਹੋਣ ਡਈ ਆ, ਖੋਲ ਖਾਂਦਰਾ ਪਰ। ਆਹ ਦੇਖੋ ਨਵੀਂ ਕਿਸੇ ਦੀ ਕਰੀਸੇ ਸਰ ਹੋਣ ਡਈ ਆ, ਪਿੱਛੇ ਪੁਰਾਣੇ ਰੰਗ ਕੋਈ ਲੱਗਾ, ਕੱਢ ਖਾਂਦਰ ਬਗਲ ਬਗਲ ਖੋਲ, ਇਹਨੇ ਨਹੀਂ ਇੱਦੀ ਪੱਲਾ ਖੋਲ ਇਹਦਾ। ਆਹ ਦੇਖੋ ਜੀ ਨਾਜ਼ਰੀਨ, ਕਰੀਸੇ ਪਈ ਆ ਸਰ ਹੋਣ ਡਈ ਮਾਦੀ, ਬਹੁਤ ਹੀ ਆਲਾ ਮਾਦੀ ਆ। ਅਤੇ ਬੱਚੇ ਹੁਣੀ ਇੱਕ ਤਾਂ ਉਹ ਬਹਿ ਗਏ ਉੱਪਰ ਜਾਲ 'ਤੇ, ਆ ਕੇ ਦਿਖਾ ਪੱਲਾ ਦਾ ਖੋਲ ਦੂਗਾ, ਥੱਲੇ ਘਰ ਪੱਲਾ ਦਾ। ਆਹ ਦੇਖੋ ਜੀ ਨਾਜ਼ਰੀਨ, ਦੂਏ ਪੱਲੇ ਦਾ ਸ਼ੋਅ ਕਰੋ, ਕਮਾਲ ਦੀ ਚੀਜ਼ ਹੀ ਆ ਸਾਹ ਜੀ, 25 ਦਿਖਾ ਦੇ, ਛੱਡ ਕੇ ਵਿਊ ਕਰਾਉਂਦੇ ਹਾਂ। ਦੇਖੋ ਲਿਆ ਆਹ, ਤੈਨੂੰ ਹੁਣ ਹੁਣ ਤੁਹਾਨੂੰ ਦਿਖਾਉਂਦੇ ਹਾਂ ਛਤਰੀ ਵਾਲੀ ਮਾਦੀ ਅੰਦਰ ਆ,
ਇਸਤਰੀਆਂ ਦੀ ਮਾਦੀ ਤਾਂ ਤੁਹਾਨੂੰ ਸ਼ੋਅ ਕਰਾਉਂਦੇ ਹਾਂ, ਉਹ ਫੜ ਲਾ ਆਹ ਮਾਦੀ ਫੜ ਆ ਜਿਹੜੀ, ਆਰਾਮ ਨਾਲ ਫੜ ਕੀ ਕਰਦਾ ਇਹਨੂੰ, ਆਰਾਮ ਨਾਲ ਤੂੰ ਫੜ ਲਾ ਫੜ ਫੜ ਲਾ ਫੜ ਲਾ ਆਹ ਲੋ ਨਾ ਆਦਮੀ ਪਿੱਛੇ ਹੋਈ ਆ ਉੱਧਰ ਪਰੇ ਪਰ ਸਿੱਧੇ ਕਰ ਪਹਿਲੇ ਦੇ ਆਹ ਪੱਠੀ ਤਾਂ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਤੇ ਛੱਡ ਕੇ ਆ ਦੇਖੋ ਟੈਡੀ ਪੱਠੀ ਚੰਗੀ ਕਿਸੇ ਦੀ ਠੀਕ ਹੋ ਗਿਆ ਜੀ ਹੁਣ ਤੁਹਾਨੂੰ ਇਹਦਾ ਸ਼ੋਅ ਕਰਾਉਂਦੇ ਹਾਂ ਕਬੂਤਰੀ ਦਾ ਦੇਖੋ ਉਸਤਾਦ ਜੀ ਮਾਦੀ ਦੀ ਸਭ ਤੋਂ ਪਹਿਲੇ ਅੱਖ ਦਾ ਸ਼ੋਅ ਕਰੋ ਆਹ ਦੇਖੋ ਕਿਸ ਤਰ੍ਹਾਂ ਲਾਈਟਿੰਗ ਅੱਖ ਆ ਜੀ ਕਾਲੀ ਸਿਆਹ ਪਰੇ ਹੋਏ ਦਿਖਾ ਪਾ ਰਹੇ ਇਹਦੇ ਵਿੱਚ ਨਾ ਬਿਰਲਾ ਪਾਇਆ ਕਰ ਇੱਥੋਂ ਉੱਦਾਂ ਫੜਿਆ ਕਰ ਆਹ ਦੇਖੋ ਨਾ ਦੀ ਪਰਦਾ ਸ਼ੋਅ ਕਰੋ ਜ਼ਬਰਦਸਤ ਦੇਖੋ ਸਲਾਈਆਂ ਕਿਸ ਤਰ੍ਹਾਂ ਪਰਦੀਆਂ ਬਣੀਆਂ ਦੂਏ ਪਰਦਾ ਸ਼ੋਅ ਕਰਾ ਤੁਹਾਨੂੰ ਛੱਡ ਕੇ ਵੀ ਮੈਂ ਦਿਖਾਉਂਦਾ ਵਾਂ ਠੀਕ ਆ ਜੀ ਪੰਜੇ ਦਿਖਾ ਦੇ ਆਹ ਦੇਖੋ ਪੰਜਿਆਂ ਦਾ ਸ਼ੋਅ ਕਰੋ ਛੱਡ ਕੇ ਆਰਾਮ ਨਾਲ ਇੱਥੇ ਦਿਖਾ ਆਹ ਦੇਖੋ ਮਾਦੀ ਦਾ ਸ਼ੋਅ ਕਰੋ ਕੱਢਦੇ ਬਾਹਰ ਚਿੰਬੜਦੀ ਆ ਉੱਪਰ ਕਮਾਲ ਹੀ ਆ ਹੋ ਗਈ ਹੋ ਗਈ ਆ ਗਈ ਬਾਹਰ ਆਹ ਦੇਖੋ ਜੀ ਛੱਡ ਕੇ ਸ਼ੋਅ ਕਰਾ ਦਿੱਤਾ ਹੁਣ ਕੱਢਦੇ ਸਾਰੇ ਬਾਹਰ ਕੱਢਦੇ ਮਾਦੀ ਚੈੱਕ ਕਰੋ ਉਹ ਬੱਚੇ ਘਰ ਦੇ ਆ ਹਾਂ ਆਪਣੇ ਬੱਚੇ ਘਰ ਦੇ ਆ ਸਾਜ ਦੇਖੋ ਨਿੱਕੀਆਂ ਨਿੱਕੀਆਂ ਬੱਚਾ ਹੀ ਆ ਹਾਂ ਬੱਚਾ ਘਰ ਦੇ ਆ ਸ਼ੋਅ ਕਰੋ ਆ ਆਹ ਮਾਦੀ ਆ ਆਹ ਪੱਠੀ ਫੜੀ ਆ ਇੱਕ ਆਹ ਦੇਖੋ ਕਿੱਦਾਂ ਬੱਚੇ ਦੀ ਹੈ ਆਹ ਦੇਖੋ